ਜਿਵੇਂ ਤੁਹਾਨੂੰ ਪਤਾ ਹੈਗਾ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪਵਿੱਤਰ ਗੁਰਪੁਰਬ ਹੈਗਾ। ਇਹ ਪੂਰੇ ਵਰਲਡ ਵਿੱਚ ਸਿੱਖ ਜਗਤ ਵਿੱਚ ਇਸ ਦਿਵਸ ਦੀ ਬੜੀ ਤੀਬਰਤਾ ਨਾਲ ਉਡੀਕ ਕੀਤੀ ਜਾ ਰਹੀ ਸੀ। ਇਹ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ 1 ਤੋਂ 13 ਨਵੰਬਰ ਤੱਕ ਆਰੰਭੇ ਗਏ ਸੀ। ਅੱਜ ਵੀ ਭਾਰੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ, ਨਨਕਾਣਾ ਸਾਹਿਬ, ਡੇਰਾ ਬਾਬਾ ਨਾਨਕ ਅਤੇ ਹਰ ਪਿੰਡ ਸ਼ਹਿਰ ਵਿੱਚ ਜਿੱਥੇ ਵੀ ਗੁਰਦੁਆਰੇ ਹੈਗੇ ਆ ਉੱਥੇ ਭਾਰੀ ਗਿਣਤੀ ਵਿੱਚ ਇਕੱਠ ਹੋਏ, ਧਾਰਮਿਕ ਸਮਾਗਮ ਹੋਏ, ਅਖੰਡ ਪਾਠਾਂ ਸਾਹਿਬ ਦੇ ਭੋਗ ਪਏ, ਕੀਰਤਨ ਹੋਏ, ਕਥਾ ਹੋਏ, ਪ੍ਰਵਚਨ ਹੋਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਹਨਾਂ ਦੀ ਲਾਈਫ ਦੀ ਕੀ ਫਿਲੋਸਫੀ ਸੀ, ਜੀਵਨ ਸਿੱਖਿਆਵਾਂ ਕੀ ਸੀ ਅਤੇ ਉਦਾਸੀਆਂ ਕੀ ਸੀ, ਕਿੱਥੇ ਕਿੱਥੇ ਗਏ ਹੈਗੇ ਅਤੇ ਕਿੰਨੇ ਕੁ ਹੁਣ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੀਆਂ ਸਿੱਖਿਆਵਾਂ ਤੋਂ ਪਰੇ ਹੋ ਗਏ, ਉਹਨਾਂ ਨੂੰ ਕਿਉਂ ਦੁਆਰਾ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦੀ ਲੋੜ ਹੈਗੀ। ਇਹ ਸਾਰੇ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਹੋਇਆ। ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੈਗਾ ਪੋਲੀਟਿਕਸ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਜਨਮ ਦਿਨ ਦੇ ਸੰਬੰਧ ਵਿੱਚ ਰੱਜ ਕੇ ਹੋਈ ਹੈਗੀ। ਪਰ ਆਮ ਸ਼ਰਧਾਲੂਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ, ਬਹੁਤ ਮਨ ਖੁਸ਼ ਹੁੰਦਾ ਹੈਗਾ ਵੀ ਬਾਬੇ ਨਾਨਕ ਦੇ ਇੰਨੇ ਦਿਲੋਂ ਪਿਆਰ ਕਰਨ ਵਾਲੇ ਸ਼ਰਧਾਲੂ ਹੈਗੇ ਆ। ਮੈਂ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਗਿਆ ਹੈਗਾ, ਪਿੰਡਾਂ ਵਾਲੇ ਗਰੀਬ ਬੰਦੇ ਬਹੁਤ ਮਨ ਖੁਸ਼ ਹੁੰਦਾ ਹੈਗਾ। ਦੇਸ਼ਾਂ ਵਿਦੇਸ਼ਾਂ ਵਿੱਚ ਇਸ ਤਿਉਹਾਰ ਮਨਾਉਣ ਦੀਆਂ ਖਬਰਾਂ ਪ੍ਰਾਪਤ ਹੋਈਆਂ। ਇਸੇ ਦੌਰਾਨ ਪੰਜਾਬੀਆਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੌਕੇ 'ਤੇ ਆਪਣੀ ਸ਼ਰਧਾਂਜਲੀ ਭੇਜੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੀਆਂ ਦੁਨੀਆ ਭਰ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿ ਨਹੀਂ ਵਸਾਇਆ ਕਹਿ ਨਾਨਕ ਆਨੰਦ ਗੁਆ ਸਤਿਗੁਰੂ ਮੈਂ ਪਾਇਆ। ਸੋ ਸਤਿਗੁਰੂ ਪਾਇਆ 'ਚ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ। ਰੱਬ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇੱਜ਼ਤ ਮਾਨ ਸਤਿਕਾਰ ਬਖਸ਼ੇ, ਸਾਨੂੰ ਵਧੀਆਂ ਬੁਰਾਈਆਂ ਤੋਂ ਬਚਾ ਕੇ ਰੱਖੇ। ਇੱਕ ਦੂਜੇ ਪ੍ਰਤੀ ਜਿਹੜੀਆਂ ਨਫ਼ਰਤਾਂ ਫੈਲਦੀਆਂ ਜਾ ਰਹੀਆਂ, ਇੱਕ ਦੂਜੇ ਪ੍ਰਤੀ ਜਿਹੜਾ
ਕੂੜ ਕਵਾੜ ਇਕੱਠਾ ਕਰੀ ਬੈਠਿਆ ਸੀ ਆਪਣੇ ਮਨਾਂ ਦੇ ਵਿੱਚ, ਸਾਡੇ ਉਹ ਮਨ ਦੇ ਦੁਆਰ ਵੀ ਖੋਲ੍ਹੇ, ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਖੋਲ੍ਹ ਹੀ ਦਿੱਤਾ, ਸਾਡੇ ਇਸ ਮਨ ਦੇ ਅੰਦਰ ਜੋ ਅੰਧ ਗੁਬਾਰ ਭਰਿਆ ਪਿਆ ਉਸ ਦਾ ਰਾਹ ਵੀ ਖੋਲ੍ਹੇ ਮਾਲਕ। ਸਾਨੂੰ ਸਦਬੁੱਧੀ ਬਖਸ਼ੇ, ਸਦਭਾਵਨਾ ਬਖਸ਼ੇ, ਏਕਾ ਇਤਫਾਕ ਬਖਸ਼ੇ, ਰੋਜ਼ੀ ਰੁਜ਼ਗਾਰ ਬਖਸ਼ੇ ਔਰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾ, ਸਤਿ ਸ੍ਰੀ ਅਕਾਲ। ਇਸੇ ਦੌਰਾਨ ਸੰਗਤਾਂ ਦੀ ਕਰਤਾਰਪੁਰ ਕੋਰੀਡੋਰ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤੀਬਰ ਇੱਛਾ ਬਣੀ ਹੋਈ ਹੈਗੀ ਹੈ। ਰੋਜ਼ ਹੀ ਜਿਹੜਾ ਹੈਗਾ ਆਪਣੇ ਬਾਰਡਰ 'ਤੇ 15,000 to 20,000 ਸ਼ਰਧਾਲੂ ਜਾਂਦੇ ਹੈਗੇ ਆ, ਬੜੇ ਮਾਯੂਸ ਆਉਂਦੇ ਹੈਗੇ, ਬਹੁਤ ਉਹਨਾਂ ਦੇ ਮਨ 'ਤੇ ਸ਼ਰਧਾ ਅਤੇ ਉਤਸ਼ਾਹ ਹੈਗੇ ਆ। ਅਮੀਰ ਲੋਕ ਤਾਂ ਚਲੋ ਫੋਰਮੈਲਿਟੀ ਸੇਕ ਜਾਂਦੇ ਹੈਗੇ, ਉਤਸ਼ਾਹ ਤਾਂ ਉਹਨਾਂ 'ਚ ਵੀ ਆ, ਪਰ ਜਿਹੜੀ ਅਸਲੀ ਉਤਸ਼ਾਹ ਹੈਗੀ ਆ ਬਾਬੇ ਨਾਨਕ ਨੂੰ ਪਿਆਰ ਕਰਨ ਵਾਲੇ ਇਹਨਾਂ ਲੋਕਾਂ ਦੀ ਗੱਲ ਜ਼ਰੂਰ ਸੁਣੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨਾਂ ਕੀ ਆਪਣਾ? ਆਪਣਾ ਨਾਮ ਬਲਵਿੰਦਰ ਸਿੰਘ। ਕਿੱਥੋਂ ਆਏ ਹੋ ਬਾਬਾ ਜੀ? ਅਸੀਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਬਹੁਤ ਦੂਰੋਂ ਆਏ ਹੋ ਬਾਬਾ ਜੀ? ਹਾਂਜੀ। ਅੱਜ ਪਹਿਲੀ ਵਾਰੀ ਇੱਥੇ ਆਏ? ਪਹਿਲੀ ਵਾਰ ਦਰਸ਼ਨ ਕੀਤੇ। ਅਸੀਂ ਤਾਂ ਆਖਿਆ ਵੀ ਭਾਈ ਇਹ ਖੁੱਲਾ ਹੋਊਗਾ, ਗੌਰਮੈਂਟ ਕਹਿੰਦੀ ਹੈ ਕਿ ਆਧਾਰ ਕਾਰਡਾਂ ਤੇ, ਹੁਣ ਸਾਡੇ ਵਰਗੇ ਅਨਪੜ੍ਹਾਂ ਨੂੰ ਕੀ ਪਤਾ ਵੀ ਆਧਾਰ ਕਾਰਡ ਦੇ ਕੋਲੇ ਹੈਗੇ ਆ ਸਾਡੇ, ਵੀ ਕਿੱਥੋਂ ਪਾਸਪੋਰਟ ਬਣਦਾ। ਇੰਨੀ ਜਨਤਾ, ਸਾਰਾ ਪੰਜਾਬ ਕਮਾਈਆਂ ਆਈਆਂ ਕਹਿੰਦੀਆਂ ਮਹਾਰਾਸ਼ਟਰ ਤੋਂ ਆਏ ਆ, ਗਾਹਾਂ ਦਰਸ਼ਨਾਂ ਨੂੰ ਸਰਕਾਰ ਨੇ ਜਾਣ ਨਹੀਂ ਦਿੱਤਾ। ਬਹੁਤ ਮਾੜੀ ਗੱਲ ਹੈ, ਬੱਚੇ ਨਿੱਕੇ ਨਿੱਕੇ ਤੇ ਸਰਕਾਰ ਨੇ ਲਾਰਾ ਲਾਤਾ, ਮਾੜੀ ਗੱਲ ਕਰੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਸਾਰੇ ਬੰਦਿਆਂ ਨੂੰ, ਸਾਰੀ ਸੰਗਤ ਨੂੰ ਦਰਸ਼ਨ ਕਰਨੇ ਚਾਹੀਦਾ। ਸਰਕਾਰ ਨੂੰ ਕੀ ਹੁੰਦਾ ਜੇ ਉਧਰਲੀ ਸਰਕਾਰ ਕਹਿੰਦੀ ਹੈ? ਉਹ ਸਰਕਾਰ ਨੇ ਫਿਰ ਆਨਲਾਈਨ ਅਪਲਾਈ ਤੁਹਾਨੂੰ ਕਰਨਾ ਪੈਣਾ ਬਾਪੂ ਜੀ। ਕਰਾਂਗੇ ਜੀ, ਕਰਾਂਗੇ। ਆਨਲਾਈਨ ਕਰਕੇ ਉਹ ਡੇਟ ਜਿਹੜੀ ਮਿਲੇਗੀ ਉਸ ਡੇਟ ਤੇ ਇੱਥੇ ਆਓ। ਸੱਤ ਵਜੇ ਆਨਲਾਈਨ ਨਹੀਂ, ਤੁਸੀਂ ਆਓਗੇ ਫਿਰ ਇਦਾਂ ਐਂਟਰੀ ਨਹੀਂ ਮਿਲੇਗੀ। ਹੁਣ ਸਾਨੂੰ ਦੱਸਿਆ ਤੁਹਾਡੇ ਵਰਗੇ ਪੜ੍ਹੇ ਲਿਖੇ ਸੱਜਣਾ ਨੇ ਜਿਹੜੀ ਚੀਜ਼ ਖੋਲਦੀ ਉਦਘਾਟਨ ਹੋਈ, ਤਾਂ ਮੁੰਡੇ ਆ ਜਿਹੜੇ ਨੈਟ ਨੋਟ ਤੁਸੀਂ ਲਾਈ ਬੈਠੇ ਆ, ਇਹਨਾਂ ਰਾਹੀਂ ਦੱਸਦੇ ਆ ਵੀ ਸਰਕਾਰ ਕਹਿੰਦੀ ਵੀ ਆ ਕਿਹੜੇ ਆਧਾਰ ਕਾਰਡ ਆ, ਬੋਰਡ ਕਾਰਡ ਆ, ਅਸੀਂ ਲੈ ਕੇ ਸਾਰੇ ਆ ਗਏ ਵੀ ਖੁੱਲੇ ਕਰਤਾਰ ਸਾਹਿਬ ਨੂੰ ਗੁਰੂ ਨਾਨਕ ਦੇਵ ਦਾ ਹੋਇਆ। ਪਹਿਲਾਂ ਆਨਲਾਈਨ ਖਾਲਸਾ ਜੀ ਅਪਲਾਈ ਕਰਨਾ ਪੈਣਾ ਤੁਹਾਨੂੰ, ਆਨਲਾਈਨ ਜਦੋਂ ਹੋ ਗਿਆ ਉੱਥੋਂ ਇੱਕ ਡੇਟ ਮਿਲੇਗੀ ਤੁਹਾਨੂੰ 7 ਵਜੇ, ਉਹ ਪਰਚੀ ਮਿਲੇਗੀ ਕੰਪਿਊਟਰ ਤੁਹਾਨੂੰ ਦਏਗਾ, ਉਹ ਪਰਚੀ ਜਿਹੜੀ ਡੇਟ ਦੀ ਹੋਏਗੀ ਉਸ ਡੇਟ ਨੂੰ ਇੱਥੇ ਆਇਓ, ਫਿਰ ਤੁਹਾਨੂੰ ਐਂਟਰੀ ਮਿਲਣੀ। ਜ਼ਰੂਰ ਕਰਾਂਗੇ ਜੀ, ਹੁਣ ਜਾ ਕੇ ਜ਼ਰੂਰ ਕਰਾਂਗੇ। ਹੁਣ ਕਿੰਨੇ ਜਣੇ ਤੁਸੀਂ ਆਏ ਸੀ ਸੱਜਣ? 5 ਲੱਖ ਪਹੁੰਚ ਆਏ ਆ। ਦੂਰਬੀਨ ਵੀ ਨੀ ਦਿਖਾਈ ਅੱਜ, ਹੁਣ ਫੌਜੀਆਂ ਸਾਨੂੰ ਦਿਖਾ ਦਿੱਤੇ, ਦਰਸ਼ਨ ਕਰ ਲੈਂਦੇ, ਹੁਣ ਮਹਾਰਾਜ ਨੂੰ ਪਤਾ ਗਿਆ ਸੀ। ਅਕਬਰ ਦੀ ਤਾਜਪੋਸ਼ੀ ਹੋਈ ਸੀ ਇੱਥੇ? ਬਿਲਕੁਲ ਜੀ ਬਿਲਕੁਲ। ਪਰ ਮੈਂ ਨੀ ਅਜੇ ਤਾਈਂ ਕਲਾਨੌਰ ਦੇਖਿਆ, ਡੇਰਾ ਬਾਬਾ ਨਾਨਕ ਦਾ ਮੈਂ 40-50 ਵਾਰੀ ਆਇਆ। ਨਹੀਂ ਤੁਸੀਂ ਕਲਾਨੌਰ ਵੀ ਜ਼ਰੂਰ ਦੇਖੋ, ਅਕਬਰ ਦਾ ਤਖ਼ਤ ਵੇਖ ਕੇ ਸ਼ਹਿਰ 'ਚ ਜ਼ਰੂਰ ਐਂਟਰ ਕਰੋਗੇ, ਵੀ ਛੋਟੀਆਂ ਛੋਟੀਆਂ ਗਲੀਆਂ, ਉਹਨਾਂ ਨੇ ਤੁਹਾਨੂੰ ਦੱਸਣਾ ਕਿ ਲਾਹੌਰ ਕਿੱਦਾਂ ਦਾ ਸੀ। ਕੀ ਕੰਮ ਕਰਦੇ ਹੋ ਜੀ? ਮੇਰਾ ਆਪਣਾ ਹੀ ਬਿਜ਼ਨਸ ਹੈ। ਕਾਹਦਾ? ਸ਼ਟਰਿੰਗ ਦਾ। ਅੱਛਾ, ਇਹ ਹੁਣ ਲਾਂਘੇ ਤੇ ਆਏ, ਮਨ ਖੁਸ਼ ਹੋ ਗਿਆ ਕਿ ਨਹੀਂ? ਹਾਂਜੀ ਬਿਲਕੁਲ ਜੀ ਬਿਲਕੁਲ। ਅੱਛਾ, ਉਹ ਬਾਬੇ ਨਾਨਕ ਨੇ ਕਿਰਪਾ ਕੀਤੀ ਹੈ। ਅੱਛਾ ਅੱਛਾ, ਬਹੁਤ ਵਧੀਆ ਲੱਗਾ। ਅੱਛਾ ਅੱਛਾ, ਇਹ ਹੁਣ ਤਾਂ ਤੁਸੀਂ ਜਾ ਕੇ ਵੀ ਆਓ ਹਨਾ? ਹਾਂਜੀ ਬਿਲਕੁਲ ਜੀ ਬਿਲਕੁਲ, ਆਪਾਂ ਬਸ ਬੇਟੀ ਦੀ ਡੇਟ ਐਕਸਪਾਇਰ ਹੋਈ ਸੀ ਪਾਸਪੋਰਟ ਦੀ। ਅੱਛਾ ਅੱਛਾ, ਜਿੱਦਣ ਪਾਸਪੋਰਟ ਆ ਗਿਆ ਵਾਪਸ ਫਿਰ ਜਾਣ ਦੀ ਤਿਆਰੀ। ਬਹੁਤ ਬਹੁਤ। ਹਾਂਜੀ ਮੈਡਮ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਹਰਜੀਤ ਕੌਰ। ਅੱਛਾ, ਕੀ ਕਰਦੇ ਹੋ ਤੁਸੀਂ ਕੰਮ? ਹਾਊਸਵਾਈਫ ਹਾਂ। ਹਾਊਸਵਾਈਫ, ਵੈਰੀ। ਹਾਊਸਵਾਈਫ ਦਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ ਨਾ, ਪੂਰੇ ਘਰ ਨੂੰ ਸੰਭਾਲਣਾ। ਹਾਂਜੀ ਹਾਂਜੀ, ਘਰ ਨੂੰ ਮੇਨਟੇਨ ਕਰਨਾ ਸਾਰਾ ਮੁਸ਼ਕਲ। ਲਾਂਘੇ ਤੇ ਅੱਜ ਆਏ ਹੋ, ਫਿਰ ਕੀ ਤੁਹਾਡੇ? ਬਹੁਤ ਵਧੀਆ ਲੱਗਿਆ, ਹੁਣ ਦਿਲ ਕਰ ਰਿਹਾ ਕਿ ਹੁਣ ਜਲਦੀ ਜਲਦੀ ਅੱਗੇ ਚੱਲੀਏ। ਅੱਛਾ, ਪਾਸਪੋਰਟ ਬਣਿਆ ਤੁਹਾਡਾ ਕਿ ਨਹੀਂ? ਹਾਂਜੀ ਬਣਿਆ ਹੋਇਆ, ਬਣਿਆ ਹੋਇਆ ਪਾਸਪੋਰਟ। ਫਿਰ ਤਾਂ ਮੌਜਾਂ ਲੱਗੀਆਂ, ਫਿਰ ਕਿਹੜੀ ਗੱਲ ਹੈ। ਹਾਂਜੀ ਹਾਂਜੀ, ਚਲੋ। ਹੋਰ ਤੁਹਾਡਾ ਕੀ ਨਾਮ ਮੈਡਮ? ਜੀਤ ਕੌਰ। ਕੀ ਕਰਦੇ ਹੋ? ਹਾਊਸਵਾਈਫ। ਹਾਊਸਵਾਈਫ, ਕੀ ਕੀ ਬਣਾ ਲੈਂਦੇ ਹੋ ਘਰ, ਦੱਸੋ? ਖਾਣੇ ਪਾਣੇ ਲਈ ਸਭ ਕੁਝ ਬਣਾ ਲਈ? ਸਭ ਕੁਝ, ਵੈਜ ਨੌਨ ਵੈਜ? ਨਹੀਂ ਉਹ ਨਹੀਂ। ਅੱਛਾ, ਵੈਜੀਟੇਰੀਅਨ ਖਾਣਾ? ਹਾਂਜੀ। ਵੈਜੀਟੇਰੀਅਨ ਖਾਣੇ 'ਚ ਵਧੀਆ ਕਿਹੜਾ ਬਣਾਉਂਦੇ ਆ? ਸਾਰੀਆਂ ਸਬਜ਼ੀਆਂ ਵਧੀਆ ਬਣ ਰਹੀਆਂ। ਤੁਸੀਂ ਮੈਡਮ ਵੈਜ ਖਾਣਾ ਬਣਾਉਂਦੇ ਹੋ ਕਿ ਨਾਨ ਵੈਜ? ਨਹੀਂ ਵੈਜ ਵੈਜ, ਅੱਜ ਫੁੱਲ ਫੈਮਿਲੀ ਵੈਜ ਹੈ। ਅੱਛਾ, ਪਿਓਰੀ ਫੈਮਿਲੀ ਵੈਜ। ਵੈਜ ਖਾਣਾ ਕਿਹੜਾ ਵਧੀਆ ਬਣਾਉਂਦੇ? ਸਾਰੀ ਚੀਜ਼ ਨਾਲ, ਸਾਰੀ ਚੀਜ਼ ਵਧੀਆ ਬਣਾ ਲਈ। ਚਲੋ ਚਲੋ, ਵਧੀਆ, ਬਹੁਤ ਬਹੁਤ ਮਿਹਰਬਾਨੀ। ਦਰਸ਼ਕੋ, ਇਹ ਤੁਸੀਂ ਦੇਖ ਰਹੇ ਹੋ ਘੱਟੋ ਘੱਟ 4 ਕਿਲੋਮੀਟਰ ਦੂਰ ਪੈਦਲ ਚੱਲ ਕੇ ਉਹ ਸ਼ਰਧਾਲੂ ਆਉਂਦੇ ਹੈਗੇ ਆ, ਬਹੁਤ ਜ਼ਿਆਦਾ ਸ਼ਰਧਾਲੂ ਹੈਗੇ ਆ।
ਜਿਵੇਂ ਮੈਂ ਤੁਹਾਨੂੰ ਦੱਸਿਆ 10-15-20 ਹਜ਼ਾਰ ਹੁਣ ਐਗਜੈਕਟ ਗਿਣਤੀ ਆ ਤਾਂ ਹੁੰਦੀ ਨਹੀਂ, ਰਾਊਂਡ ਅਬਾਊਟ 15-20 ਹਜ਼ਾਰ ਡੇਲੀ ਆਉਂਦੇ ਮਯੂਸ ਹੋ ਕੇ ਵਾਪਸ ਚਲ ਜਾਂਦੇ ਹੈਗੇ। ਇਸੇ ਦੌਰਾਨ ਇਹ ਜਿਹੜੇ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਜਿਹੜੇ ਮੈਨੇਜਰ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਹੈਗਾ ਵੀ ਗੁਰਦੁਆਰਾ ਸਾਹਿਬ ਵਿੱਚ ਕੀ ਪ੍ਰਬੰਧ ਕੀਤੇ ਹੈਗੇ ਆ। ਸ਼ਰਧਾਲੂਆਂ ਦੀ ਆਮਦ ਬਾਰਡਰ 'ਤੇ ਤਾਂ ਵਧੀ ਵਧੀ ਹੈਗੀ ਆ, ਨਾਲ ਦਰਬਾਰ ਸਾਹਿਬ ਗੁਰਦੁਆਰਾ ਡੇਰਾ ਬਾਬਾ ਨਾਨਕ ਵੀ ਬਹੁਤ ਵੱਧ ਗਈ ਹੈਗੀ ਆ, ਬਹੁਤ ਸ਼ਰਧਾਲੂਆਂ 'ਤੇ ਉਤਸ਼ਾਹ ਹੈਗਾ। ਜਿਹੜਾ ਇਹ ਡੇਰਾ ਬਾਬਾ ਨਾਨਕ ਪਹਿਲਾਂ ਪਿਛੜਿਆ ਸਮਝਿਆ ਜਾਂਦਾ ਸੀ ਇਲਾਕਾ, ਹੁਣ ਇਹ ਬਹੁਤ ਐਡਵਾਂਸ ਅਤੇ ਮਸ਼ਹੂਰ ਸ਼ਹਿਰ ਹੋ ਗਿਆ ਹੈਗਾ। ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸਰ ਦਿਲਬਾਗ ਸਿੰਘ ਜੀ, ਜੋ ਕਿ ਅਸਿਸਟੈਂਟ ਮੈਨੇਜਰ ਨੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ। ਸਰ ਜੀ, ਤੁਸੀਂ ਇੱਕ ਤਾਂ ਲਾਂਘਾ ਖੁੱਲ੍ਹ ਗਿਆ, ਬੜੀ ਖੁਸ਼ੀ ਦੀ ਗੱਲ ਆ, ਅਤੇ ਕੱਲ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸੀਂ ਗੁਰਪੁਰਬ ਮਨਾ ਰਹੇ ਹਾਂ 550ਵੇਂ, ਇਹ ਸਾਰੇ ਸਮੁੱਚੇ ਘਟਨਾਕ੍ਰਮ 'ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ 550 ਸਾਲਾਂ ਦੇ ਸੰਬੰਧ ਦੇ ਸਭ ਤੋਂ ਪਹਿਲਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇਣੀਆਂ ਚਾਹੁੰਦੇ ਹਾਂ, ਔਰ ਸਾਨੂੰ ਜੋ ਸੰਦੇਸ਼ ਦਿੱਤਾ ਸੱਚੇ ਪਾਤਸ਼ਾਹ ਮਨ ਏਕਤਾ ਪਿਆਰ ਸ਼ਾਂਤੀ ਦਾ, ਉਹਦੇ 'ਤੇ ਸੱਚੇ ਪਾਤਸ਼ਾਹ ਦਿੱਤੇ ਹੋਏ ਉਪਦੇਸ਼ਾਂ ਨੂੰ ਮੰਨੀਏ ਅਤੇ ਆਪਣਾ ਜੀਵਨ ਸਫਲ ਬਣਾਈਏ। ਜੀ ਜੀ ਜੀ, ਲਾਂਘੇ ਵਿੱਚ ਮੈਂ ਹੁਣੇ ਉੱਥੋਂ ਬਾਰਡਰ ਤੋਂ ਆਇਆ ਹੈਗਾ, ਬਹੁਤ ਉਤਸ਼ਾਹ ਹੈਗੇ, ਮੇਰੇ ਖਿਆਲ 15-20 ਹਜ਼ਾਰ ਸੰਗਤ ਅੱਜ ਆਈ ਹੈਗੀ ਜੀ। ਲਾਂਘੇ ਬਾਰੇ ਕੀ ਕਹਿਣਾ ਚਾਹੁੰਦੇ ਆ? ਲਾਂਘਾ ਦੋਵਾਂ ਦੇਸ਼ਾਂ ਵਾਸਤੇ ਲਾਹੇਵੰਦ ਹੈ ਜੀ, ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨਾਲ ਮਿਲਣਗੇ, ਸ਼ਾਂਤੀ ਜਿਹੜੀ ਖੇਤੇ ਵਿੱਚ ਵਧੇਗੀ, ਤਣਾਅ ਘਟੇਗਾ। ਹਾਂਜੀ, ਅਤੇ ਆਪਣੇ ਵਿਛੜੇ ਗੁਰਧਾਮ ਜਿਹੜੇ ਨੇ ਕਰਤਾਰਪੁਰ ਸਾਹਿਬ ਜੋ ਲਾਂਘੇ ਦੀ ਅਰਦਾਸਾਂ ਅੱਜ ਤੋਂ 20 ਸਾਲ ਪਹਿਲਾਂ ਸਰਗਵਾਸੀ ਸਰਦਾਰ ਕੁਲਦੀਪ ਸਿੰਘ ਵਡਾਲਾ ਨੇ ਸ਼ੁਰੂਆਤ ਕੀਤੀ ਸੀ, ਹਾਂਜੀ, ਉਹਦਾ ਅਰਦਾਸਾਂ ਦਾ ਜਿਹੜਾ ਸਦਕਾ ਵਾ ਉਹ ਇਹ ਲਾਂਘਾ ਖੁੱਲ੍ਹਿਆ ਵਾ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਹਦੀ ਮੁਬਾਰਕਬਾਦ ਆ, ਵਧਾਈ ਦਿੰਦੇ ਹਾਂ, ਔਰ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ ਕਿ ਉਹ ਵੱਧ ਤੋਂ ਵੱਧ ਸੰਗਤਾਂ ਉੱਥੇ ਜਾ ਕੇ ਅਤੇ ਦਰਸ਼ਨ ਦਾਰ ਕਰਕੇ ਆਪਣਾ ਜੀਵਨ ਸਫਲ ਬਣਾਉਣ। ਬਹੁਤ ਅੱਛੀ ਗੱਲ। ਇੱਥੇ ਹੁਣ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ, ਇੱਥੇ ਫਿਰ ਕੀ ਧਾਰਮਿਕ ਸਮਾਗਮ ਤੁਸੀਂ ਆਰੰਭੇ ਹੈਗੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ? ਜ਼ਿਆਦਾਤਰ ਸੰਗਤਾਂ ਦਾ ਜੋੜ ਮੇਲਾ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾ ਰਿਹਾ, ਉੱਧਰ ਜ਼ਿਆਦਾ। ਹਾਂਜੀ ਹਾਂਜੀ, ਇੱਥੇ ਗੁਰੂ ਨਾਨਕ ਜਿਹੜੀ ਸੰਗਤਾਂ ਆ ਗਈ ਉਹਨਾਂ ਵਾਸਤੇ ਲੰਗਰ ਦਾ ਰਿਹਾਇਸ਼ ਦਾ ਪ੍ਰਬੰਧ ਜਿਹੜਾ ਵਾ ਉਹ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੀਤਾ ਜਾ ਰਿਹਾ ਵਾ। ਅੱਛਾ ਅੱਛਾ, ਰਿਹਾਇਸ਼ ਦਾ ਪ੍ਰਬੰਧ ਆ, ਦੀਵਾਨ ਹਾਲ ਦੇ ਕੱਲ੍ਹ ਦੀਵਾਨ ਕੱਲ੍ਹ ਹੀ ਲੱਗਣਗੇ, ਕੱਲ੍ਹ 12 ਤਰੀਕ ਨੂੰ। ਅੱਛਾ ਅੱਛਾ, ਸਾਰਾ ਦਿਨ ਜਿਹੜੇ ਧਾਰਮਿਕ ਦੀਵਾਨ ਸੱਜਣਗੇ, ਲੰਗਰ ਪਾਣੀ ਜਿਹੜਾ ਉਹ ਚੱਲ ਰਿਹਾ ਵਾ, ਅਖੰਡਪੁਰ ਸਾਹਿਬ ਦੇ ਭੋਗ ਪੈਣਗੇ, ਫ੍ਰੀ ਮੈਡੀਕਲ ਕੈਂਪ ਲੱਗੇ ਹੋਏ ਨੇ, ਜਿਹੜੀਆਂ ਸੰਗਤਾਂ ਉਹਦੇ ਵਿੱਚ ਵੀ ਲਾਹ ਲੈ ਰਹੀਆਂ ਨੇ ਅਤੇ ਆਪਣੇ ਦੁੱਖ ਤਕਲੀਫਾਂ ਦੱਸ ਕੇ ਉਹਦੇ ਵਿੱਚ ਵੀ ਜਿਹੜੀ ਆ ਸ਼ਮੂਲੀਅਤ ਕਰਕੇ, ਅਤੇ ਵੱਧ ਤੋਂ ਵੱਧ ਰੌਣਕਾਂ ਸੰਗਤਾਂ ਆ ਰਹੀਆਂ ਨੇ ਅਤੇ ਜਾ ਰਹੀਆਂ ਨੇ। ਇਹ ਲਾਂਘਾ ਖੁੱਲ੍ਹਣ ਨਾਲ ਇਸ ਡੇਰਾ ਬਾਬਾ ਨਾਨਕ ਜਾਂ ਆਲੇ ਦੁਆਲੇ ਇਲਾਕੇ ਦਾ ਵਿਕਾਸ ਬੜਾ ਹੋਣੇ ਦੀ ਸੰਭਾਵਨਾ ਹੈਗੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਵਿਕਾਸ ਹੈ ਜੀ, ਵੇਖੋ ਇਹ ਤਾਂ ਜਿਉਂ ਜਿਉਂ ਸੰਗਤ ਆਵੇਗੀ, ਹਾਂਜੀ, ਉਸ ਦੇ ਹਿਸਾਬ ਦੇ ਨਾਲ ਸਰਕਾਰ ਵੀ ਡਿਵੈਲਪਮੈਂਟ ਕਰੂਗੀ, ਹਾਂਜੀ, ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਲਾਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਤੇ ਅੱਗੇ ਯਤਨਸ਼ੀਲ ਰਹਿੰਦੀ ਹੈ ਗੁਰਦੁਆਰਾ ਸਾਹਿਬ ਡਿਵੈਲਪਮੈਂਟ ਵਾਸਤੇ, ਤੇ ਜਿਹੜੇ ਸ਼੍ਰੋਮਣੀ ਬਣ ਗਈਆਂ ਸੰਗਤ ਰਿਹਾਇਸ਼ ਵਾਸਤੇ ਪਾਰਕਿੰਗ ਵਗੈਰਾ ਜੋ ਵੀ ਹੈ ਸਹੂਲਤ ਨੂੰ ਮੁੱਖ ਰੱਖਦੇ ਆ, ਜੋ ਵੀ ਕਾਰਜ ਨੇ ਆਰੰਭ ਕੀਤੇ ਜਾਣਗੇ, ਤੇ ਆਉਣ ਥੋੜੇ ਸਮੇਂ ਵਿੱਚ ਉਹ ਜਿਹੜਾ ਵੀ ਸੰਗਤਾਂ ਜਿਹੜੀ ਉਹਦਾ ਸੁੱਖ ਲੈਣਗੀਆਂ। ਹਾਂ, ਚਲੋ, ਅਖੀਰ ਵਿੱਚ ਤੁਸੀਂ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਦੋਨੋਂ ਦੇਸ਼ਾਂ ਵਿੱਚ ਦੋਸਤੀ ਇਤਫਾਕ ਭਾਈਚਾਰਾ ਵਧੇ ਇੱਕ ਜਾਂਦੇ ਜਾਂਦੇ ਸੁਨੇਹਾ ਵੀ ਜ਼ਰੂਰ ਦੇ ਦਿਓ? ਮੈਂ ਦੋਵਾਂ ਦੇ ਸਮੁੱਚੇ ਹੀ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਨੇ ਕਿਹਾ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਪਾਤਸ਼ਾਹ ਮਹਾਰਾਜ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੈ, ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ, ਜਿੱਥੇ ਜਾਏ ਬਹਿਵਰਾ ਸਤਿਗੁਰੂ ਸੋ ਰਾਮ ਰਾਜੇ, ਜਿੱਥੇ ਪਾਤਸ਼ਾਹ ਨੇ ਚਰਨ ਮੁਬਾਰਕ ਪਏ ਨੇ ਉਹ ਧਰਤੀ ਸੁਭਾਵੀ ਹੈ, ਸੋ ਦੋਵਾਂ ਦੇਸ਼ਾਂ ਨੂੰ ਵੀ ਇਹਦੇ ਵਿੱਚ ਵਧਾਈ ਦਿੰਦੇ ਹਾਂ ਅਤੇ ਸੰਗਤਾਂ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਕਰਨੇ ਹਾਂ ਕਿ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਦਿਦਾਰੇ ਕਰੋ ਪਾਤਸ਼ਾਹ ਜੀ ਦੇ ਸਥਾਨ ਦੇ, ਡੇਰਾ ਬਾਬਾ ਨਾਨਕ ਵੀ ਹਾਜ਼ਰੀ ਭਰੋ, ਗੁਰੂ ਨਾਨਕ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ।